ਸਤਿ ਸ਼੍ਰੀ ਅਕਾਲ ਜੀ, ਦੈਨਿਕ ਜੁਆਲਾ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ। ਹਾਂ ਤਾਂ ਦੋਸਤੋ, ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਆਪਣੇ ਦੈਨਿਕ ਜੁਆਲਾ 'ਤੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ, ਧੋਖੇਬਾਜ਼ ਟਰੈਵਲ ਏਜੰਟਾਂ ਦਾ ਪਰਦਾਫਾਸ਼। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਜਿਹੜੇ ਸਾਡੇ ਦਰਸ਼ਕ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਤੋਂ ਮੈਂ ਮਾਫ਼ੀ ਚਾਹੁੰਦਾ ਕਿ ਮੈਂ ਕਾਫ਼ੀ ਦੇਰ ਬਾਅਦ ਤੁਹਾਡੇ ਰੂਬਰੂ ਹੋਇਆ। ਸਾਡੇ ਪਹਿਲਾਂ ਪ੍ਰੋਗਰਾਮ ਰੈਗੂਲਰ ਮਿਲਦੇ ਸੀਗੇ, ਸੁਣਨ ਵਿੱਚ ਜੋ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਹੁੰਦੀ ਸੀ, ਅਤੇ ਚਲੋ ਉਹ ਸਾਡੀ ਕੋਈ ਪਰਸਨਲ ਕੋਈ ਪ੍ਰੋਬਲਮ ਸੀ, ਉਸ ਕਰਕੇ ਅਸੀਂ ਦੁਬਾਰਾ ਪ੍ਰੋਗਰਾਮ ਸ਼ੂਟ ਨਹੀਂ ਕਰ ਸਕੇ, ਅਤੇ ਹੁਣ ਦੁਬਾਰਾ ਅਸੀਂ ਫਿਰ ਪ੍ਰੋਗਰਾਮ ਲੈ ਕੇ ਆਏ ਹਾਂ। ਜਿਵੇਂ ਕਿ ਧੋਖੇਬਾਜ਼ ਟਰੈਵਲ ਏਜੰਟਾਂ ਵੱਲੋਂ ਕੋਈ ਧੋਖੇ ਕੀਤੇ ਜਾਂਦੇ ਆ ਪਿੰਡਾਂ ਦੇ ਵਿੱਚ ਲੋਕਾਂ ਦੇ ਨਾਲ, ਅਤੇ ਆਮ ਜਨਤਾ ਜਿਹੜੀ ਆ ਉਹ ਇਹੀ ਸੋਚ ਕੇ ਕਿ ਸ਼ਾਇਦ ਸਾਨੂੰ ਇਨਸਾਫ਼ ਨਹੀਂ ਮਿਲਣਾ, ਅਤੇ ਉਹ ਆਰਾਮ ਨਾਲ ਘਰਾਂ ਦੇ ਵਿੱਚ ਬੈਠ ਜਾਂਦੇ ਆ। ਅਤੇ ਮੈਂ ਗੱਲ ਪਹਿਲਾਂ ਵੀ ਕਰਦਾ ਹੁੰਦਾ ਕਿ ਹਰ ਡਿਪਾਰਟਮੈਂਟ ਦੇ ਵਿੱਚ ਚੰਗੇ ਇਨਸਾਨ ਵੀ ਹੈਗੇ। ਪੰਜਾਬ ਪੁਲਿਸ ਵਿੱਚ ਵੀ ਵਧੀਆ ਪੁਲਿਸ ਅਫਸਰ ਨੇ, ਔਰ ਮੀਡੀਆ ਲਾਈਨ ਦੇ ਵਿੱਚ ਵੀ ਬਹੁਤ ਵਧੀਆ ਲੋਕ ਵੀ ਨੇ ਅਤੇ ਮਾੜੇ ਵੀ ਨੇ, ਹਰ ਤਰ੍ਹਾਂ ਦੇ ਲੋਕ ਹੁੰਦੇ ਨੇ। ਅਤੇ ਇਸ ਕਰਕੇ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਤੁਸੀਂ ਪਹਿਲਾਂ ਆਪਣੀ ਜਿਹੜੀ ਆਵਾਜ਼ ਆ ਪ੍ਰਸ਼ਾਸਨ ਵਿੱਚ ਪਹੁੰਚਾਉਣੀ ਆ, ਅਗਰ ਪ੍ਰਸ਼ਾਸਨ ਦੇ ਵਿੱਚ ਤੁਹਾਡੀ ਆਵਾਜ਼ ਨਹੀਂ ਸੁਣਾਈ ਜਾ ਰਹੀ ਤਾਂ ਦੈਨਿਕ ਉਜਾਲਾ ਤੁਹਾਡੀ ਸੇਵਾ ਦੇ ਵਿੱਚ 24 ਘੰਟੇ ਖੜ੍ਹਾ, ਹਰ ਤਰ੍ਹਾਂ ਦੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਅਤੇ ਆ ਪਿੱਛੇ ਜਦੋਂ ਆਪਾਂ ਇੱਕ ਵੀਡੀਓ ਸ਼ੂਟ ਕੀਤੀ ਤਾਂ ਪਬਲਿਕ ਨੇ ਦੇਖੀ ਤਾਂ ਕਾਫ਼ੀ ਲੋਕਾਂ ਦੇ ਸਾਨੂੰ ਫੋਨ ਆਏ ਕਿ ਟਰੈਵਲ ਏਜੰਟਾਂ ਵੱਲੋਂ ਧੋਖਾ ਹੋਇਆ। ਅਤੇ ਚਲੋ ਜੋ ਸਾਨੂੰ ਬੰਦਾ ਸੀ, ਅਸੀਂ ਆਪਣੇ ਤਰੀਕੇ ਦੇ ਨਾਲ ਕਾਫ਼ੀ ਪਿੰਡਾਂ ਦੇ ਵਿੱਚ ਲੋਕਾਂ ਨੂੰ ਇਨਸਾਫ਼ ਦਵਾਇਆ ਉਹਦੇ ਵਿੱਚ। ਅਤੇ ਉਹ ਦੇਖਣ ਵਿੱਚ ਸਾਨੂੰ ਇਹ ਵੀ ਆਇਆ ਕਿ ਹੁੰਦਾ ਕਿ ਅਕਸਰ ਏਜੰਟਾਂ ਦੇ ਵੀ ਸਾਨੂੰ ਫੋਨ ਆਇਆ ਕਿ ਉਹਨਾਂ ਦੇ ਨਾਲ ਵੀ ਕਾਫ਼ੀ ਲੋਕਾਂ ਵੱਲੋਂ ਧੋਖੇ ਹੋ ਜਾਂਦੇ ਆ ਕਿ ਉਹ ਜਦੋਂ ਵੀਜ਼ਾ ਲਗਵਾ ਦਿੰਦੇ ਆ ਤਾਂ ਲੋਕ ਪੈਸਾ ਨਹੀਂ ਦਿੰਦੇ। ਅਤੇ ਦੈਨਿਕ ਉਜਾਲਾ ਜਿਹੜਾ ਸਾਡਾ ਉਹ ਹਰ ਇਨਸਾਨ ਦੀ ਸੇਵਾ ਦੇ ਵਿੱਚ ਹਾਜ਼ਰ ਹੈ। ਅਗਰ ਮੰਨ ਲਓ ਕਿਸੇ ਟਰੈਵਲ ਏਜੰਟ ਦੇ ਨਾਲ ਧੋਖਾ ਹੋਇਆ ਕਿਸੇ ਪਬਲਿਕ ਵੱਲੋਂ, ਜਾਂ ਫਿਰ ਕਿਸੇ ਪਬਲਿਕ ਦੇ ਨਾਲ ਧੋਖਾ ਹੋਇਆ ਟਰੈਵਲ ਏਜੰਟ ਵੱਲੋਂ, ਅਤੇ ਅਸੀਂ ਹਰ ਤਰ੍ਹਾਂ ਹਰ ਇਨਸਾਨ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ। ਅਗਰ ਤੁਹਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਸੇ ਵੀ ਸਾਈਡ 'ਤੇ ਤਾਂ 24 ਘੰਟੇ ਦੈਨਿਕ ਉਜਾਲਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ, ਅਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡਾ ਨੰਬਰ ਹੈ 94 644 65 240। ਤਦ ਤੱਕ ਲਈ ਅਸ਼ੋਕ ਫਿਲਮ ਦਿਓ ਆ ਗਿਆ, ਫਿਰ ਮਿਲਾਂਗੇ ਇੱਕ ਨਵੀਂ ਖਬਰ।